ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਲਾਮ ਨਮਸਕਾਰ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਚੈੱਕ ਜਰੂਰ ਕਰੋ ਕਿ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਹੈ ਤੇ ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਜਿਹੜਾ ਹੈ ਜੀ ਉਸ ਨੂੰ ਦਬਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਇਸ ਦੇ ਥਰੋ ਹੀ ਪਹੁੰਚਦੀ ਹੈ ਚਲਦੇ ਹਾਂ ਅੱਜ ਦੀਆਂ ਆਪਣੀਆਂ ਨਿਊਜ਼ ਦੇ ਉੱਪਰ ਰੋਜ਼ਾਨਾ ਇਸ ਤਰ੍ਹਾਂ ਸਭ ਤੋਂ ਪਹਿਲਾਂ ਜਿਹੜੇ 75020 ਜਿਹੜੇ ਕੇਸ ਨਵੇਂ ਆਏ ਹਨ ਇਟਲੀ ਦੇ ਵਿੱਚ ਤੇ 166 ਲੋਕ ਜਿਹੜੇ ਹਨ ਜੀ ਉਹਨਾਂ ਦੀ ਜ਼ਿੰਦਗੀ ਜਿਹੜੀ ਇਸ ਬਿਮਾਰੀ ਦੀ ਵਜ੍ਹਾ ਇਸ ਤੋਂ ਇਲਾਵਾ 8916 ਲੋਕ ਜਿਹੜੇ ਠੀਕ ਵੀ ਹੋਏ ਹਨ ਇੱਕ ਦਿਨ ਦੇ ਵਿੱਚ ਤੇ ਤਾਸੋ ਦੀ ਪੋਸਟੇਜ ਤਾਂ 16.8 ਦੇ ਉੱਪਰ ਆ ਚੁੱਕੀ ਹੈ 446180 ਜਿਹੜੇ ਟੰਪੂਨੀ ਕੀਤੇ ਗਏ ਹਨ ਕੱਲ੍ਹ ਨਾਲੋਂ ਤਕਰੀਬਨ 164420 ਤੇਸ ਜਿਹੜੇ ਘਟ ਕੀਤੇ ਗਏ ਹਨ 10231 ਬੰਦੇ ਇਸ ਟਾਈਮ ਹਸਪਤਾਲਾਂ ਦੇ ਵਿੱਚ ਅਤੇ 415 ਲੋਕ ਜਿਹੜੇ ਹਨ ਆਈਸੀਯੂ ਦੇ ਵਿੱਚ ਭਰਤੀ ਹਨ ਹੁਣ ਚਲਦੇ ਹਾਂ ਆਪਣੀਆਂ ਜਨਰਲ ਨਿਊਜ਼ ਦੇ ਉੱਤੇ ਨੈਕਸਟ ਕੋਰ ਜਿਹੜੀ ਆਪਣੀ ਇਮਸ ਦੇ ਨਾਲ ਸਬੰਧਤ ਹੈ IMPS ਦੇ ਬਿਚ ਇਸ ਟਾਈਮ ਤਕਰੀਬਨ ਜਿਹੜੇ 24000 ਵਰਕਰ ਜਿਹੜੇ ਇਸ ਟਾਈਮ ਕੰਮ ਕਰ ਰਹੇ ਹਨ ਜਦੋਂ ਕਿ IMPS ਨੂੰ 30000 ਵਰਕਰਾਂ ਦੀ ਲੋੜ ਹੈ ਇਸ ਤਰ੍ਹਾਂ ਉਸ ਦੇ ਕੋਲ ਜਿਹੜੇ 6000 ਦੇ ਕਰੀਬ ਜਿਹੜੇ EMPLOYEES ਉਸ ਨੂੰ ਹੋਰ ਚਾਹੀਦੇ ਹਨ ਜਿਹੜੇ IMPS ਦੇ ਪ੍ਰੈਜ਼ੀਡੈਂਟ ਜਿਨ੍ਹਾਂ ਦਾ ਨਾਮ ਪਾਸਕਵਾਲੇ ਤ੍ਰੀਦੀਕੋ ਹੈ ਉਹਨਾਂ ਨੇ ਇੱਕ ਰਿਪੋਰਟ ਇੱਕ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਆਉਣ ਵਾਲੇ 2 ਸਾਲਾਂ ਦੇ ਵਿੱਚ ਜਿਹੜੀਆਂ ਨੌਕਰੀਆਂ ਨੇ 6000 ਬੰਦਿਆਂ ਨੂੰ ਜਿਹੜਾ ਇਸ ਡਿਪਾਰਟਮੈਂਟ ਦੇ ਵਿੱਚ ਲਗਭਗ ਲਗਭਗ ਜਿਹੜਾ ਭਰਤੀ ਕੀਤਾ ਜਾਵੇਗਾ ਮਤਲਬ ਕਿ 6000 ਬੰਦਿਆਂ ਦੀ ਜਿਹੜੀ ਨੌਕਰੀ ਹੈ ਜੀ ਪੱਕੀ ਸਮਝੋ 2 ਸਾਲਾਂ ਦੇ ਵਿੱਚ ਇਸ ਸਾਲ 2022 ਜਿੱਦਾਂ ਕਿ ਚੱਲ ਰਿਹਾ 2022 ਦੇ ਦਸੰਬਰ ਤੱਕ ਉਹਨਾਂ ਨੇ ਦੱਸਿਆ ਕਿ ਤੱਕ ਹੀ 1800 ਬੰਦਾ ਜਿਹੜਾ ਹੈ ਇਹਨਾਂ ਨੂੰ IMS ਦੇ ਵਿੱਚ ਭਰਤੀ ਕੀਤਾ ਜਾਵੇਗਾ ਬਾਕੀ ਇਹ ਤੁਹਾਨੂੰ ਦੱਸ ਦੇ ਕਿ IMS ਨੇ ਇਸ ਦੇ ਵਾਸਤੇ ਤਕਰੀਬਨ ਇੱਕ ਜਿਹੜਾ ਕੰਪੀਟੀਸ਼ਨ ਹੈ ਜੂ ਰੱਖਿਆ ਸੀ ਜਿਹਦੇ ਵਿੱਚ ਤਕਰੀਬਨ 67000 ਜਿਹੜੀਆਂ ਐਪਲੀਕੇਸ਼ਨਸ ਲੋਕਾਂ ਨੇ ਭੇਜੀਆਂ ਸਨ ਜਿਹੜੀਆਂ ਇਸ ਡਿਪਾਰਟਮੈਂਟ ਨੂੰ ਰੀਸੀਵ ਹੋਈਆਂ ਸਨ ਇਨਾਂ ਦੇ ਵਿੱਚੋਂ ਤਕਰੀਬਨ 4000 ਜਿਹੜੇ ਵਰਕਰ ਹਨ ਜੀ 2022 ਦੇ ਵਿੱਚ ਇਸ ਲੈਵਲ ਤੇ ਪਹੁੰਚੇ ਹਨ ਕਿ ਜਿਹੜੇ ਕਿ ਅੱਗੇ ਜਾ ਸਕਦੇ ਹਨ ਇਸ ਤਰ੍ਹਾਂ ਜਿਹੜੀ ਇੱਕ ਐਮਐਸ ਦੇ ਵੱਲੋਂ ਇਹ ਗੁੱਡ ਨਿਊਜ਼ ਆਪਾਂ ਇਸ ਨੂੰ ਕਹਿ ਸਕਦੇ ਹਾਂ ਕਿਉਂਕਿ ਜਿਹੜਾ ਬੰਦਿਆਂ ਨੂੰ ਨੌਕਰੀ ਦੇਣੀ ਜਾਂ ਕੰਮ ਦੇ ਉੱਤੇ ਰੱਖਣਾ ਇੱਕ ਗੁੱਡ ਨਿਊਜ਼ ਹੀ ਹੁੰਦੀ ਹੈ ਜਿਹੜੀ ਨੈਕਸਟ ਖਬਰ ਹੈ ਜੀ ਆਪਣੀ ਇਟਲੀ ਦੇ ਨਾਲ ਸੰਬੰਧਿਤ ਖਬਰ ਇਹਦੇ ਵਿੱਚ ਇਸ ਤਰ੍ਹਾਂ ਹੋਇਆ ਹੈ ਕਿ ਇੱਕ ਬਿਜ਼ਨਸਮੈਨ ਬੰਦਾ ਜਿਸ ਦੀ ਉਮਰ 55 ਸਾਲ ਦੀ ਸੀ ਤੇ ਦੋ ਲੜਕੀਆਂ ਦਾ ਇਹ ਪਿਤਾ ਸੀ ਇਸ ਨੂੰ ਜਿਹੜੀ ਘਰ ਦੇ ਵਿੱਚ ਲੱਭਿਆ ਜਾਂਦਾ ਜਿੱਦਾਂ ਕਿ ਨਸ ਜਿਹੜੀ ਖੋਪੜੀ ਜਦ ਅਸਿਰ ਦੇ ਵਿੱਚ ਬਹੁਤ ਜ਼ਿਆਦਾ ਸੱਟ ਲੱਗੀ ਹੋਈ ਸੀ ਤੇ ਜਿਸ ਟਾਈਮ ਘਰ ਦੇ ਵਿੱਚ ਆਇਆ ਜਾਂਦਾ ਉਸ ਟਾਈਮ ਦੇਖਿਆ ਗਿਆ ਕਿ ਆਸ-ਪਾਸੇ ਜਿੱਥੇ ਇਹ ਸ਼ਖਸ ਡਿੱਗਾ ਹੋਇਆ ਸੀ ਇਸ ਦੇ ਆਸ-ਪਾਸੇ ਖੂਨ ਦਾ ਢੇਰ ਲੱਗਾ ਹੋਇਆ ਸੀ ਜਿਹੜਾ ਪੁਲਿਸ ਨੂੰ ਅਲਰਮ ਦਿੱਤਾ ਜਾਂਦਾ ਮਤਲਬ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਇਸੇ ਕੁਝ ਦੋਸਤਾਂ ਦੇ ਵੱਲੋਂ ਜਿਹੜੇ ਕਿਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ ਫੋਨ ਵਗੈਰਾ ਕਰ ਰਹੇ ਸਨ ਪਰੰਤੂ ਇਸ ਸ਼ਖਸ ਦੇ ਵੱਲੋਂ ਜਿਹੜਾ ਫੋਨ ਨਹੀਂ ਚੁੱਕਿਆ ਗਿਆ ਤੇ ਫਿਰ ਜਿਹੜੇ ਇਸ ਦੇ ਦੋਸਤਾਂ ਜਿਹੜੇ ਕਿ ਇੱਕ ਪਿੰਡ ਦੇ ਹੀ ਰਹਿਣ ਵਾਲੇ ਲੋ ਉਹਨਾਂ ਨੂੰ ਜਦੋਂ ਫਿਕਰ ਹੁੰਦਾ ਹੈ ਤਾਂ ਉਹ ਫਿਰ ਇਸ ਦੇ ਘਰ ਜਾਣ ਦੀ ਕੋਸ਼ਿਸ਼ ਕਰਦੇ ਹਨ ਜਦੋਂ ਘਰ ਜਾ ਕੇ ਦੇਖਦੇ ਹਨ ਤਾਂ ਜਿਹੜਾ ਇਸ ਹਾਲਤ ਦੇ ਵਿੱਚ ਸ਼ਖਸ ਮਿਲਦਾ ਹੈ ਇੱਥੇ ਤੁਹਾਨੂੰ ਵੀ ਦੱਸ ਦਿੱਤੀ ਕਿ ਇਸ ਸ਼ਖਸ ਦਾ ਨਾਮ ਅਨਸੇਲਮੋ ਕਾਮਪਾਸੀ ਜਿਸ ਦੀ ਕਿ 55 ਸਾਲ ਦੱਸਿਆ ਵੀ ਜਾ ਰਿਹਾ ਹੈ ਕਿ ਇੱਕ ਕੰਪਨੀ ਦਾ ਜਿੱਦਾਂ ਕਿ ਮਾਲਕ ਵੀ ਸੀ ਕਿ ਜਿਹੜੀ ਰੈਸਿਜੀਓ ਜ਼ਿਲ੍ਹਾ ਬਰੇਸ਼ੀਆ ਦੇ ਵਿੱਚ ਪੈਂਦੀ ਸੀ ਹੁਣ ਅਗੇ ਜਿਹੜੀ ਇਥੋਂ ਦੀ ਪੁਲਿਸ ਹੈ ਜੂ ਆਪਣੇ ਸਾਹਦਿਆਂ ਨਾਲ ਇਸ ਦੀ ਜਿਹੜੀ ਇਨਵੈਸਟੀਗੇਸ਼ਨ ਕਰੇਗੀ ਕਿ ਇਸ ਜਿਹੜੇ ਕਾਰਨ ਕੀ ਹੋ ਸਕਦਾ ਹੈ ਘਰ ਦੇ ਵਿੱਚ ਜਿਹੜਾ ਖੂਨ ਨੂੰ ਖੂਨ ਬੰਦਾ ਮਿਲਿਆ ਹੈ ਕਿਉਂ ਮਿਲਿਆ ਕੀ ਕਾਰਨ ਇਸ ਦਾ ਹੋ ਸਕਦਾ ਹੈ ਚਲਦੇ ਹਾਂ ਆਪਣੀ ਨੈਕਸਟ ਖ਼ਬਰ ਤੇ ਨੈਕਸਟ ਖ਼ਬਰ ਜਿਹੜੀ ਆਪਣੀ ਇਹ ਜਿੱਦਾਂ ਕੀ ਕੱਲ ਦੀ ਜਿਹੜੀ ਕੋਰੀਅਲ ਦਿਲਸਹਿਰਾ ਅਖਬਾਰ ਸੀ ਜੂ ਉਹਦੇ ਵਿੱਚ ਖ਼ਬਰ ਛਪੀ ਹੈ ਪਰੰਤੂ ਜਿਹੜੀ ਦੁਰਘਟਨਾ ਹੋਈ ਹੈ ਜੀ ਇਹ ਤਕਰੀਬਨ ਪਰਸੋਂ ਹੋਈ ਹੈ ਇਹਦੇ ਵਿੱਚ ਇਸ ਤਰ੍ਹਾਂ ਹੋਇਆ ਕਿ ਇੱਕ ਆਦਮੀ ਜਿਸ ਦੀ ਕੀ ਡੈਥ ਹੁੰਦੀ ਹੈ ਉਸ ਆਦਮੀ ਦੇ ਵਾਸਤੇ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਵੀ ਜਿੱਦਾਂ ਕਿ ਬਹੁਤ ਜ਼ਿਆਦਾ ਨੁਕਤਾਚੀਨੀ ਕੀਤੀ ਗਈ ਹੈ ਬਹੁਤ ਜ਼ਿਆਦਾ ਅਪਸ਼ਬਦ ਬੋਲੇ ਗਏ ਹਨ ਹੁਣ ਇਹ ਅਪਸ਼ਬਦ ਕਿਉਂ ਬੋਲੇ ਗਏ ਨੇ ਤਾਂ ਕਾਰਨ ਕੀ ਹੈ ਹੋਇਆ ਇਸ ਤਰ੍ਹਾਂ ਕਿ ਇੱਕ 47 ਸਾਲ ਦਾ ਇੱਕ ਆਦਮੀ ਜਿਹੜਾ ਕਿ ਦੱਸਿਆ ਜਾ ਰਿਹਾ ਹੈ ਕਿ ਪਾਣੀ ਵਾਲੀਆਂ ਬੋਤਲਾਂ ਚੋਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਇੱਕ ਸੁਪਰਮਾਰਕੀਟ ਦੇ ਵਿੱਚ ਜਿਹੜਾ ਕਿ ਕਾਤੋਲਿਕਾ ਸ਼ਹਿਰ ਦੇ ਵਿੱਚ ਪੈਂਦੀ ਹੈ ਰਿਮਨੀ ਦੇ ਵਿੱਚ ਹੁਣ ਇਹਦੇ ਵਿੱਚ ਇੱਕ ਜਿਹੜਾ ਪੈਲੇਟ ਇੱਕ ਬੰਕਾਲੀ ਜਿਹੜੀ ਕਿ ਦੱਸਿਆ ਜਾ ਰਿਹਾ ਹੈ ਕਿ 900 ਕਿਲੋ ਉਸ ਬੰਕਾਲੀ ਦਾ ਭਾਰ ਸੀ ਜਦੋਂ ਇੱਕ ਸ਼ਖਸ ਉਸ ਬੰਕਾਲੀ ਦੇ ਵਿੱਚੋਂ ਜਿਹੜੀਆਂ ਬੋਤਲਾਂ ਚੋਰੀ ਕਰਨ ਦੀ ਪਾਣੀ ਵਾਲੀਆਂ ਬੋਤਲਾਂ ਚੋਰੀ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਕੀ ਹੁੰਦਾ ਹੈ ਕਿ ਜਿਹੜਾ ਪੈਲੇਟ ਸੀ 900 ਕਿਲੋ ਦੀ 9 ਕੁਆਂਟਲ ਦੀ ਜਿਹੜੀ ਬੰਕਾਲੀ ਇਸ ਬੰਦੇ ਦੇ ਉੱਤੇ ਆ ਕੇ ਡਿੱਗਦੀ ਹੈ ਜਿਸ ਦੇ ਨਾਲ ਇਸ ਜਿਹੜੇ ਬੰਦੇ ਦੀ ਮੌਤ ਹੋ ਜਾਂਦੀ ਹੈ ਜੀ ਉਸ ਬੰਕਾਲੀਆਂ ਦੇ ਥੱਲੇ ਉਣ ਦੇ ਨਾਲ ਨੈਕਸਟ ਕੋਰ ਜਿਹੜੀ ਆਪਣੀ ਯੂਕਰੇਨ ਦੇ ਨਾਲ ਸਬੰਧਿਤ ਹੈ ਜਿਹੜੇ ਯੂਕਰੇਨ ਦੇ ਰਾਸ਼ਟਰਪਤੀ ਵਲੋਦੀ ਮੋਰਜੇਲੈਂਸਕੀ ਹਨ ਉਹਨਾਂ ਨੇ ਆਈ ਐਮ ਐਫ ਇੰਟਰਨੈਸ਼ਨਲ ਮੋਨਟਰੀ ਫੰਡਸ ਇੱਕ ਇੰਟਰਨੈਸ਼ਨਲ ਸੰਸਥਾ ਹੈ ਜੀ ਜਿਹੜੀ ਕਿ ਬਹੁਤ ਸਾਰੇ ਦੇਸ਼ਾਂ ਨੂੰ ਕਰਜ਼ਾ ਵਗੈਰਾ ਵੀ ਦਿੰਦੀ ਹੈ ਇਹਦੇ ਵਿੱਚ ਆਪਣੇ ਦੇਸ਼ ਵੀ ਸ਼ਾਮਲ ਹੁੰਦੇ ਹਨ ਇਹ ਜਿਹੜੀ ਸੰਸਥਾ ਬਹੁਤ ਵੱਡੇ ਪੱਧਰ ਤੇ ਬਹੁਤ ਅਮੀਰ ਹੁੰਦੀ ਹੈ ਤੇ ਬਹੁਤ ਪੈਸਾ ਇਸ ਦੇ ਕੋਲ ਹੈ ਹੁਣ ਜਿਹੜਾ ਯੂਕਰੇਨ ਹੈ ਜੀ ਯੂਕਰੇਨ ਦੇ ਰਾਸ਼ਟਰਪਤੀ ਨੇ ਵੀ IMF ਨੂੰ ਜਿਹੜੀ ਇੱਕ ਅਪੀਲ ਕੀਤੀ ਹੈ ਉਸਨੇ ਕਿਹਾ ਹੈ ਕਿ ਜਿਹੜਾ ਯੂਕਰੇਨ ਹੈ ਜੀ ਇਸ ਨੂੰ ਤਕਰੀਬਨ ਲੋਡ ਹੈ 7 ਬਿਲੀਅਨ ਡਾਲਰ ਅਮਰੀਕਨ ਡਾਲਰ ਹਰ ਮਹੀਨੇ ਬਾਕੀ ਇਸ ਤੋਂ ਇਲਾਵਾ ਜਿਹੜੀ جنگ ਹੈ ਜਿਹੜੇ 22 ਦਿਨ ਦੇ ਵਿੱਚ ਇੰਟਰ ਹੋ ਚੁੱਕੀ ਹੈ ਇਸ ਤੋਂ ਇਲਾਵਾ ਅਮਰੀਕਾ ਦੇ ਰਾਸ਼ਟਰਪਤੀ ਬਾਈਡਨ ਦਾ ਵੀ ਇੱਕ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਜਿਹੜੇ ਪੂਤਨ ਹਨ ਕਦੀ ਵੀ ਜਿੱਤ ਨਹੀਂ ਸਕਦੇ ਤੇ ਜਿਹੜਾ ਯੂਐਸ ਹੈ ਜੀ ਇਸ ਟਾਈਮ ਜਿਹੜੇ ਡਰੋਨ ਨਵੇਂ ਭੇਜ ਰਿਹਾ ਹੈ ਕੀਵ ਨੂੰ ਬਾਕੀ ਦੂਜੇ ਪਾਸੇ ਜਿਹੜਾ ਰੂਸ ਹੈ ਜੀ ਇਹ ਖੁਸ਼ੀਆਂ ਮਨਾ ਰਿਹਾ ਕਿਉਂਕਿ ਮਾਰੂਪੋਲ ਜਿਹੜਾ ਹੈ ਜੀ ਇਸ ਦੇ ਅਧੀਨ ਹੋ ਚੁੱਕਾ ਹੈ ਇਸ ਦੇ ਵਿੱਚ ਤਕਰੀਰ ਹਰ ਪਾਸੇ ਜਿਹੜੇ ਰੂਸ ਦੇ ਝੰਡੇ ਹੀ ਦਿਖਾਈ ਦੇ ਰਹੇ ਹਨ ਚਲਦੇ ਹਾਂ ਜੀ ਆਪਣੀ ਨੈਕਸਟ ਖਬਰ ਦੇ ਉੱਤੇ ਨੈਕਸਟ ਖਬਰ ਜਿਹੜੀ ਆਪਣੀ ਇਟਲੀ ਦੇ ਨਾਲ ਸੰਬੰਧਿਤ ਹੈ ਨਾਮ ਹੈ ਜੀ ਦਾਵੀ ਦੇ ਗਰਦੀਆ ਇੱਕ ਲੜਕੇ ਦਾ ਨਾਮ ਹੈ ਇਸ ਲੜਕੇ ਨੇ ਕੀ ਕੀਤਾ ਹੈ ਇਸ ਲੜਕੇ ਨੇ ਜਿੱਦਾਂ ਕਿ ਆਪਣੀ ਮਾਂ ਨੂੰ ਹੀ ਮਾਰ ਦਿੱਤਾ ਹੈ ਇਸ ਦੀ ਮਾਂ ਦਾ ਨਾਮ ਫਾਬੀਓਲਾ ਕੁਲਨਾਗੀ ਸੀ ਇਸ ਲੜਕੇ ਨੇ ਆਪਣੀ ਮਾਤਾ ਦੇ ਉੱਤੇ ਮਤਲਬ ਮੋਕਿਆਂ ਦੇ ਨਾਲ ਤੇ ਲੱਤਾਂ ਦੇ ਨਾਲ ਜਿਹੜਾ ਪ੍ਰਹਾਰ ਕੀਤਾ ਬਾਕੀ ਜਿਹੜੀ ਘਟਨਾ ਹੋਈ ਹੈ ਇਹ ਆਈ ਕੁਰਜ਼ੀਓ ਇੱਕ ਇਲਾਕਾ ਪੈਂਦਾ ਹੈ ਜਿਹੜਾ ਕਿ ਬ੍ਰਿਆਨਸਾ ਦੇ ਵਿੱਚ ਪੈਂਦਾ ਹੈ ਤੇ ਇਸ ਲੜਕੇ ਦੀ ਉਮਰ 24 ਸਾਲ ਦੀ ਦੱਸੀ ਜਾ ਰਹੀ ਹੈ ਮੋਂਸਾ ਜ਼ਿਲ੍ਹਾ ਜਿਹੜਾ ਹੈ ਜੀ ਇਸ ਦੇ ਵਿੱਚ ਜਿਹੜਾ ਲਾਕਾ ਪੈਂਦਾ ਹੈ ਮੋਂਸਾ ਬ੍ਰਿਆਨਸਾ ਤੁਸੀਂ ਸ਼ਾਇਦ ਨਾਮ ਸੁਣਿਆ ਹੋਵੇਗਾ ਇਸ ਤੋਂ ਬਾਅਦ ਕੀ ਹੁੰਦਾ ਹੈ ਕਿ ਜਦੋਂ ਇਸ ਲੜਕੇ ਨੇ ਆਪਣੀ ਮਾਤਾ ਨੂੰ ਮੋਕਿਆਂ ਦੇ ਨਾਲ ਕਸੂਨਾ ਦੇ ਨਾਲ ਕੁੱਟਿਆ ਤੇ ਇਸ ਤੋਂ ਬਾਅਦ ਜਦੋਂ ਦੇਖਿਆ ਕਿ ਉਸ ਦੀ ਮਾਂ ਜਿਹੜੀ ਹੈ ਜੀ ਮਰ ਚੁੱਕੀ ਹੈ ਇਸ ਤੋਂ ਬਾਅਦ ਇਸ ਲੜਕੇ ਨੇ 112 ਨੰਬਰ ਦੇ ਉੱਤੇ ਫੋਨ ਕਰ ਦਿੱਤਾ ਪੁਲਿਸ ਨੂੰ ਇਸ ਤੋਂ ਬਾਅਦ ਜਦੋਂ ਪੁਲਿਸ ਮੋਕੇ ਦੇ ਉੱਤੇ ਪਹੁੰਚਦੀ ਹੈ ਜੋ ਦੇਖਿਆ ਕਿ ਜਿਹੜੀ ਔਰਤ ਸੀ ਜੀ ਉਸ ਦੀ ਜਾਨ ਜਾ ਚੁੱਕੀ ਸੀ ਉਸ ਦੇ ਸਰੀਰ ਦੇ ਵਿੱਚ ਕੋਈ ਵੀ ਜਿਹੜੀ ਹਲਚਲ ਨਹੀਂ ਸੀ ਇਸ ਤੋਂ ਬਾਅਦ ਜਿਹੜਾ ਇਸ ਲੜਕੇ ਨੂੰ ਜਿਹੜਾ ਹੈ ਜੀ ਇੱਕਦਮ ਜਿਹੜਾ ਹੈ ਕਸਟਡੀ ਦੇ ਵਿੱਚ ਲੈ ਲਿਆ ਜਾਂਦਾ ਹੈ ਨੈਕਸਟ ਖਬਰ ਜਿਹੜੀ ਆਪਣੀ ਇੱਕ ਬਹੁਤ ਹੀ ਮਹੱਤਵਪੂਰਨ ਖਬਰ ਹੈ ਇਸ ਦਾ ਸਬੰਧ ਜਿਹੜਾ ਸਲਵੇਨੀਆ ਤੇ ਇਟਲੀ ਦੇ ਨਾਲ ਹੈ ਘਟਨਾ ਜਿਹੜੀ ਹੈ ਜੀ ਇਸ ਤਰ੍ਹਾਂ ਹੈ ਕਿ ਹੋਇਆ ਜਿੱਦਾਂ ਕਿ ਇਸ ਤਰ੍ਹਾਂ ਸੀ ਸਲਵੇਨੀਆ ਦੇ ਵਿੱਚ ਇੱਕ ਨਿਊਕਲੀਅਰ ਪਾਵਰ ਪਲਾਂਟ ਦੀ ਸਥਾਪਨਾ ਕੀਤੀ ਗਈ ਸੀ ਬਹੁਤ ਪਹਿਲੇ ਸਮੇਂ ਦੀ ਗੱਲ ਹੈ ਤਕਰੀਬਨ 1970 ਦੇ ਆਸ-ਪਾਸ ਇਹ ਗੱਲ ਹੈ ਤੇ ਉਸ ਤੋਂ ਬਾਅਦ ਜਦੋਂ 1983 ਸਾਲ ਆਉਂਦਾ ਹੈ ਤਾਂ ਉਸ ਟਾਈਮ ਜਿਹੜਾ ਇਹ ਨਿਊਕਲੀਅਰ ਪਾਵਰ ਪਲਾਂਟ ਸੀ ਜ ਆਪਣੇ ਚੱਲਣਾ ਸ਼ੁਰੂ ਕਰ ਦਿੰਦਾ ਹੈ ਮਤਲਬ ਜਿਹੜੀ ਇਸ ਦੀ ਹੈ ਜੀ ਰਨਿੰਗ ਸ਼ੁਰੂ ਹੋ ਜਾਂਦੀ ਹੈ ਇਸ ਤੋਂ ਜਿਹੜੀ ਬਿਜਲੀ ਦੀ ਪ੍ਰੋਡਕਸ਼ਨ ਸ਼ੁਰੂ ਹੋ ਜਾਂਦੀ ਹੈ ਹੁਣ 2023 ਦੇ ਵਿੱਚ ਜਨਵੀ 2023 ਦੇ ਵਿੱਚ ਦੱਸਿਆ ਜਾ ਰਿਹਾ ਸੀ ਕਿ ਇਸ ਨੂੰ ਬੰਦ ਕਰ ਦਿੱਤਾ ਜਾਵੇਗਾ ਪਰੰਤੂ ਹੁਣ ਜਿਹੜਾ ਕੁਝ ਫੈਸਲੇ ਹੋਰ ਆ ਰਹੇ ਸਨ ਉਸ ਰਿੰਗ ਵਿੱਚ ਇਹ ਕਿਹਾ ਗਿਆ ਸੀ ਕਿ ਇਸ ਪਾਵਰ ਪਲਾਂਟ ਨੂੰ 2023 ਦੇ ਵਿੱਚ ਬੰਦ ਕਰਨ ਦੀ ਜਗ੍ਹਾ ਦੇ ਉੱਤੇ ਇਸ ਨੂੰ ਹੋਰ 20 ਸਾਲ ਦੇ ਵਾਸਤੇ ਐਕਸਟੈਂਡ ਕਰ ਦਿੱਤਾ ਜਾਵੇਗਾ ਮਤਲਬ 2043 ਤੱਕ ਦੂਜੇ ਪਾਸੇ ਜਿਹੜਾ ਇਹ ਪਲਾਂਟ ਹੈ ਜਿਸ ਦਾ ਨਾਮ ਹੈ ਕਾਰਸਕੋ ਨੁਕਲੀਅਰ ਪਾਵਰ ਪਲਾਂਟ ਜਿਹੜਾ ਕਿ ਸਲਵੇਨੀਆ ਦੇ ਵਿੱਚ ਪੈਂਦਾ ਹੈ ਇਹ ਦਿਵਸ ਤੇ ਜਿਹੜੇ ਇਟਲੀ ਦੇ ਕਈ ਬੰਦੇ ਵੀ ਬਹੁਤ ਜ਼ਿਆਦਾ ਚਿੰਤਤ ਹਨ ਜਿਹੜੇ ਕਿ ਵਾਤਾਵਰਨ ਦੇ ਨਾਲ ਸੰਬੰਧਤ ਲੋਕ ਹਨ ਹੁਣ ਇਥੇ ਦੱਸ ਦਈਏ ਕਿ ਇਟਲੀ ਤੋਂ ਤਕਰੀਬਨ 100 ਕਿਲੋਮੀਟਰ ਦੀ ਦੂਰੀ ਪੈਂਦੀ ਹੈ ਜਿਹੜਾ ਇਟਲੀ ਦਾ ਬਾਰਡਰ ਹੈ ਜੀ ਉਸ ਤੋਂ ਸਿਰਫ 100 ਕਿਲੋਮੀਟਰ ਦੇ ਉੱਤੇ ਹੀ ਇਹ ਨਿਊਕਲੀਅਰ ਪਾਵਰ ਪਲਾਂਟ ਬਣਦਾ ਹੈ ਹੁਣ ਇਟਲੀ ਦੀ ਚਿੰਤਾ ਇਸ ਦੇ ਵਿੱਚ ਇਹ ਹੈ ਕਿ ਇੱਕ ਤਾਂ ਇਹ ਨਿਊਕਲੀਅਰ ਪਾਵਰ ਪਲਾਂਟ ਹੈ ਦੂਜਾ ਇਹ ਇਟਲੀ ਦੇ ਨੇੜੇ ਹੈ ਬਾਕੀ ਤੀਜਾ ਇਹ ਹੈ ਕਿ ਇਹ ਜਿਹੜਾ ਪਾਵਰ ਪਲਾਂਟ ਬਹੁਤ ਜ਼ਿਆਦਾ ਪੁਰਾਣਾ ਹੋ ਚੁੱਕਾ ਇਸ ਕਰਕੇ ਵੀ ਜਿਹੜਾ ਇਟਲੀ ਹੈ ਜੀ ਚਾਹੁੰਦਾ ਹੈ ਕਿ ਜਿਹੜਾ ਇਸ ਨੂੰ ਬੰਦ ਹੀ ਕਰ ਦਿੱਤਾ ਜਾਵੇ। ਚੌਥਾ ਇਸ ਦੇ ਵਿੱਚ ਇਹ ਖਤਰਾ ਹੈ ਕਿ ਜਿਸ ਜਗ੍ਹਾ ਦੇ ਉੱਤੇ ਪਾਵਰ ਪਲਾਂਟ ਬਣਿਆ ਹੋਇਆ ਹੈ ਇਹ ਜਿਹੜਾ ਪੁਚਾਲ ਵਾਲਾ ਇੱਕ ਜ਼ੋਨ ਹੁੰਦਾ ਹੈ ਜੀ ਉਸ ਦੇ ਅਧੀਨ ਆਉਂਦਾ ਹੈ। ਅਗਰ ਕੱਲ ਨੂੰ ਕੋਈ ਮਾੜੀ ਚੰਗੀ ਘਟਨਾ ਇਸ ਦੇ ਨਾਲ ਜੁੜਦੀ ਹੈ ਤਾਂ ਇਟਲੀ ਵਾਲਿਆਂ ਨੂੰ ਵੀ ਆਪਣਾ ਡਰ ਹੈ ਕਿ ਜਿਹੜਾ ਨੁਕਸਾਨ ਇੱਥੇ ਵੀ ਹੋ ਸਕਦਾ ਹੈ। ਬਾਕੀ ਅਸੀਂ ਇਸ ਵੀਡੀਓ ਦੇ ਵਿੱਚ ਹਮੇਸ਼ਾ ਹੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜੀ ਖਬਰ ਹੈ ਜੀ ਤੁਹਾਨੂੰ ਇਟਲੀ ਔਰ ਇਸ ਦੇ ਆਸ-ਪਾਸ ਦੇ ਦੇਸ਼ਾਂ ਦੇ ਨਾਲ ਹੀ ਸੰਬੰਧ ਦਿੱਤੀ ਜਾਵੇ ਨਾ ਕਿ ਇੰਡੀਆ ਔਰ ਇਸ ਦੇ ਦੇਸ਼ਾਂ ਦੇ ਨਾਲ ਸੰਬੰਧਿਤ। ਅਗਲੀ ਖਬਰ ਜਿਹੜੀ ਆਪਣੀ ਹੈ ਜੀ ਬਿੱਲਾਂ ਦੇ ਨਾਲ ਸੰਬੰਧਿਤ ਜੇ ਤੁਸੀਂ ਇਟਲੀ ਦੇ ਵਿੱਚ ਬਿਜਲੀ ਵਗੈਰਾ ਭਾਲਦੇ ਹੋ ਵੀ ਲਈ ਤਾਂ ਹਰ ਬੰਦਾ ਹੀ ਭਾਲਦਾ ਹੈ ਜੇ ਤੁਹਾਡੇ ਨਾਮ ਦੇ ਉੱਤੇ ਘਰ ਹੈ ਤੁਹਾਡੇ ਨਾਮ ਦੇ ਉੱਤੇ ਬਿੱਲ ਵਗੈਰਾ ਆ ਰਿਹਾ ਹੈ ਤਾਂ ਫਿਰ ਜਿੱਦਾਂ ਕਿ ਜਿਹੜੇ ਮਹਿੰਗੇ ਬਿੱਲ ਹਨ ਇਸ ਦੇ ਵਾਸਤੇ ਇੱਕ ਗਵਰਨਮੈਂਟ ਜਿਹੜੀ ਹੈ ਜੀ ਲੋਕਾਂ ਦੀ ਸਪੋਰਟ ਕਰਨੀ ਚਾਹੁੰਦੀ ਹੈ ਤੇ ਜਿਹੜੀ ਸਪੋਰਟ ਹੈ ਜੀ ਉਹਦੇ ਵਾਸਤੇ ਜੀ ਹਰੀ ਝੰਡੀ ਜਿਹੜੀ ਮਿਲ ਚੁੱਕੀ ਹੈ ਇਹਦੇ ਵਿੱਚ ਤਕਰੀਬਨ 5.5 ਬਿਲੀਅਨ ਯੂਰੋ ਜਿਹੜੀ ਰਕਮ ਹੈ ਜੀ ਜਿਹੜੇ ਬਿਜਲੀ ਦੇ ਬਿੱਲ ਜਿਹੜੇ ਮਹਿੰਗੇ ਹੋ ਚੁੱਕੇ ਨੇ ਇਸ ਦੇ ਵਾਸਤੇ ਸਰਕਾਰ ਨੇ ਪੈਸਾ ਵੱਖਰਾ ਰੱਖ ਬਾਕੀ ਇਸ ਤੋਂ ਇਲਾਵਾ ਜਿਹੜਾ ਵੈਟ ਹੈ ਜੀ ਉਹ ਵੀ 5% ਜਿਹੜੇ ਗੈਸ ਦੇ ਬਿੱਲ ਹੋਣਗੇ ਉਹਦੇ ਉੱਤੇ ਘਟਾਇਆ ਦਿੱਤਾ ਗਿਆ ਹੈ। ਬਾਕੀ ਅੱਜ ਦੀ ਵੀਡੀਓ ਵਿੱਚ ਜਿਹੜੀ ਸਭ ਤੋਂ ਵੱਡੀ ਜਿਹੜੀ ਖਬਰ ਹੈ ਜੀ ਗੁੱਡ ਨਿਊਜ਼ ਆਪਾਂ ਇਸ ਨੂੰ ਕਹਿ ਸਕਦੇ ਹਾਂ। ਇਸੇ ਤਰ੍ਹਾਂ ਇਹ ਵੀ ਦੱਸ ਦਈਏ ਕਿ ਜਿਹੜਾ ਬਿਜਲੀ ਤੇ ਗੈਸ ਦੇ ਜਿਹੜੇ ਬਿੱਲ ਹੋਣਗੇ ਇਹਨਾਂ ਦੇ ਉੱਤੇ ਜਿੱਦਾਂ ਕਿ ਬੋਨਸ ਵਗੈਰਾ ਪਹਿਲਾਂ ਕਈ ਵਾਰ ਕੀ ਹੁੰਦਾ ਸੀ ਕਿ ਅਪਲਾਈ ਕਰਨਾ ਪੈਂਦਾ ਸੀ। ਹੁਣ ਜਿਹੜਾ ਬੋਨਸ ਹੈ ਜੀ ਤੁਹਾਨੂੰ ਕੋਈ ਵੀ ਕਿਸੇ ਪਾਸੇ ਅਪਲਾਈ ਕਰਨ ਦੀ ਲੋੜ ਨਹੀਂ ਹੈ। ਇਹ ਖੁਸ਼ਖਬਰੀ ਤੁਹਾਨੂੰ ਇਸ ਕਰਕੇ ਦੱਸ ਰਹੇ ਹਾਂ ਕਿਉਂਕਿ ਬਹੁਤੇ ਵੀਰਾਂ ਨੂੰ ਇਸ ਦੇ ਬਾਰੇ ਜਾਣਕਾਰੀ ਨਹੀਂ ਹੈ। ਤਾਂ ਨੂੰ ਬਿਜਲੀ ਦਾ ਬਿੱਲ ਜਾਂ ਗੈਸ ਦਾ ਬਿੱਲ ਦੇ ਵਾਸਤੇ ਕੋਈ ਵੀ ਜਿਹੜਾ ਅਪਲਾਈ ਨਹੀਂ ਕਰਨਾ ਤੁਸੀਂ ਬੋਨਸ ਲੈਣ ਦੇ ਵਾਸਤੇ ਸਾਰਾ ਕੁਝ ਜਿਹੜਾ ਹੈ ਜੀ ਆਟੋਮੈਟਿਕਲੀ ਤਰੀਕੇ ਦੇ ਨਾਲ ਹੀ ਹੋਵੇਗਾ ਡਿਪੈਂਡ ਕਰਦਾ ਤੁਹਾਡੇ ਈਜ਼ੀ ਦੇ ਉੱਤੇ ਅਗਰ ਤੁਹਾਡਾ ਜਿਹੜਾ ਈਜ਼ੀ ਹੈ ਜੀ 12000 ਯੂਰੋ ਤੱਕ ਹੋਵੇਗਾ ਤੇ ਜਿਹੜਾ ਬੋਨਸ ਹੈ ਜੀ ਤੁਹਾਡਾ ਆਪਣੇ ਆਪ ਹੀ ਆਟੋਮੈਟਿਕਲੀ ਤਰੀਕੇ ਨਾਲ ਬਣਿਆ ਜਾਵੇਗਾ ਤੇ ਬਾਅਦ ਵਿੱਚ ਜੋ ਵੀ ਇਸ ਦੀ ਕਨਸ਼ੈਂਟ ਹੋਵੇਗੀ ਤੁਸੀਂ ਬਿੱਲ ਜਿਹੜਾ ਲਾਸਟ ਵਾਲੇ ਦਸੰਬਰ ਦੇ ਮਹੀਨੇ ਵਿੱਚ ਦੇਣਾ ਹੈ ਜਾਂ ਨਹੀਂ ਦੇਣਾ ਉਹ ਸਾਰਾ ਕੁਝ ਜਿਹੜਾ ਹੈ ਜੀ ਮਹਿਕਮੇ ਦੇ ਵੱਲੋਂ ਹੀ ਤੈਅ ਕੀਤਾ ਜਾਣਾ ਹੈ ਡਿਪੈਂਡ ਕਰਦਾ ਹੈ ਇਜ਼ੇ ਦੇ ਉੱਪਰ ਬਾਕੀ ਅੱਜ ਦੀਸ ਵੀਡੀਓ ਦੇ ਵਿੱਚ ਇੰਨਾ ਹੀ ਨੈਕਸਟ ਵੀਡੀਓ ਵਿੱਚ ਜੇ ਤੁਸੀਂ ਚਾਹੁੰਦੇ ਹੋ ਕਿ ਇਟਲੀ ਦੀਆਂ ਖਬਰਾਂ ਜਿਹੜੀਆਂ ਤੁਹਾਨੂੰ ਇਸੇ ਤਰ੍ਹਾਂ ਮਿਲਦੀਆਂ ਰਹਿਣ ਤੇ ਫਰੈਸ਼ ਖਬਰਾਂ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਘੰਟੀ ਵਾਲਾ ਸਵਿੱਚ ਦਬਾਉਣਾ ਬਿਲਕੁਲ ਨਾ ਭੁੱਲਿਓ ਵੀਡੀਓ ਦੇਖੀ ਸਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ